ਸਤਿ ਸ਼੍ਰੀ ਅਕਾਲ ਫਰੈਂਡ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਮੇਰੇ ਚੈਨਲ 'ਤੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਬਿਗ ਅਪਡੇਟ ਲੈ ਕੇ ਆਏ ਹਾਂ। ਐਡਮਿਸ਼ਨ ਦੀ ਡੇਟ ਆ ਚੁੱਕੀ ਹੈ, ਐਡਮਿਸ਼ਨ ਕਦੋਂ ਸ਼ੁਰੂ ਹੋਣੀ ਆ, ਠੀਕ ਹੈ। ਵੈਬਸਾਈਟ ਉੱਪਰ ਤੁਹਾਨੂੰ ਸਾਰੀ ਜਾਣਕਾਰੀ ਇਸ ਦੇਵਾਂਗੇ, UGC ਗਾਈਡਲਾਈਨ ਬਾਰੇ ਵੀ ਕਿ UGC ਦੀ ਗਾਈਡਲਾਈਨ ਕਦੋਂ ਹੋਣਗੀਆਂ, ਠੀਕ ਹੈ। ਇਸ ਤੋਂ ਪਹਿਲਾਂ ਜੇਕਰ UGC ਗਾਈਡਲਾਈਨ ਵਾਲੀ ਵੀਡੀਓ ਤੁਸੀਂ ਨਹੀਂ ਦੇਖੀ ਤਾਂ ਜ਼ਰੂਰ ਆਈ ਬਟਨ 'ਚ ਜਾ ਕੇ ਦੇਖੋ ਅਤੇ ਡਿਸਕ੍ਰਿਪਸ਼ਨ 'ਚ ਉਹਦਾ ਲਿੰਕ ਦਿੱਤਾ, ਉੱਥੇ ਜਾ ਕੇ ਦੇਖੋ, ਕਿਉਂਕਿ ਉਹ ਮੈਂ ਪਹਿਲਾਂ ਸੁਬਹਾ ਹੀ ਜਿਹੜੀ ਵੀਡੀਓ ਅਪਲੋਡ ਕੀਤੀ ਹੈ UGC ਗਾਈਡਲਾਈਨ ਦੇ ਬਾਰੇ, ਠੀਕ ਹੈ। ਇਸ ਵੀਡੀਓ 'ਚ ਗੱਲ ਕਰਾਂਗੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜਿਹੜੀ ਐਡਮਿਸ਼ਨ ਆ ਕਦੋਂ ਸ਼ੁਰੂ ਹੋਣੀ ਹੈ, ਉਹਦੀ ਡੇਟ ਆ ਚੁੱਕੀ ਹੈ, ਕਿਵੇਂ ਹੁਣ ਕਲਾਸਿਸ ਕਿਵੇਂ ਲੱਗਣਗੀਆਂ, ਸਾਰੀ ਇਨਫੋਰਮੇਸ਼ਨ ਇਸ ਵੀਡੀਓ 'ਚ ਦੇਵਾਂਗੇ। ਸਾਰੀ ਜਿਹੜੀ ਜਾਣਕਾਰੀ ਆ ਉਹ ਇਸ ਵੀਡੀਓ ਵਿੱਚ ਤੁਹਾਨੂੰ ਮਿਲ ਜੂਗੀ। ਫਾਈਨਲ ਈਅਰ ਦੇ ਇਗਜ਼ਾਮ ਬਾਰੇ ਵੀ ਆਪਾਂ ਗੱਲ ਕਰਾਂਗੇ, ਠੀਕ ਹੈ। UGC ਗਾਈਡਲਾਈਨ ਕਦੋਂ ਹੋਗੀ ਇਸ ਵਾਰ ਵੀ ਥੋੜ੍ਹੀ ਚਰਚਾ ਕਰਾਂਗੇ। ਐਡਮਿਸ਼ਨ ਦੀ ਆਪਣੀ ਮੇਨ ਵੀਡੀਓ, ਐਡਮਿਸ਼ਨ ਕਦੋਂ ਸ਼ੁਰੂ ਹੋਗੀ, ਪਰਸਪੈਕਟ ਤੁਸੀਂ ਕਦੋਂ ਭਰ ਸਕਦੇ ਹੋ, ਠੀਕ ਹੈ। ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ 'ਚ ਦੇਵਾਂਗੇ। ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਹਾਂਜੀ, ਦੇਖੋ ਜਿਹੜਾ ਨਵਾਂ ਸੈਸ਼ਨ ਆ ਉਹ PU ਦਾ 8 ਜੁਲਾਈ ਤੋਂ ਐਡਮਿਸ਼ਨ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਆ। ਤੁਸੀਂ ਸਾਰੀ ਖਬਰ ਜਿਹੜੀ ਪੜ੍ਹ ਵੀ ਸਕਦੇ ਹੋ, ਮੈਂ ਵੀ ਤੁਹਾਨੂੰ ਦੱਸ ਰਿਹਾ ਨਾਲ, ਠੀਕ ਹੈ। ਪ੍ਰੀਖਿਆ ਕੇ ਲਈ ਇਸ ਹਫਤਾ ਆਏਗੀ UGC ਕੀ ਨਈ ਗਾਈਡਲਾਈਨ, ਜਿਹੜੇ ਹੁਣ ਫਾਈਨਲ ਈਅਰ ਦੇ ਪੇਪਰ ਆ ਉਹਨਾਂ ਦੀ ਜਿਹੜੀ ਗਾਈਡਲਾਈਨ ਆ ਉਹ ਇਸ ਹਫਤੇ ਤੱਕ ਆ ਸਕਦੀ, ਜਿਵੇਂ ਕਿ ਅੱਜ 2 ਜੁਲਾਈ ਹੈ, ਅੱਜ ਵੀ ਆ ਸਕਦੀ ਹੈ, ਕੱਲ੍ਹ ਪਰਸੋਂ, ਜਾਣ ਕਿ ਇਸ ਹਫਤੇ ਦੇ ਵਿੱਚ ਸਾਰੀ ਗਾਈਡਲਾਈਨ ਜੋ ਆ ਜਾਵੇਗੀ ਫਾਈਨਲ ਈਅਰ ਨਾਲ ਕੀ ਹੋਣਾ ਵਾ, ਉਹਨਾਂ ਦੇ ਪੇਪਰ ਹੋਣੇ, ਅਗਰ ਉਹਨੂੰ ਪਾਸ ਕੀਤੇ ਆ ਨਾ, ਰੀਪੇਅਰ ਬਾਰੇ ਸਾਰੀ ਇਨਫੋਰਮੇਸ਼ਨ ਆਪਾਂ ਦੇ ਦਾਂਗੇ ਜਦੋਂ ਨਵੀਂ ਆਈ। ਅਤੇ ਆਪਾਂ ਇਸ ਵੀਡੀਓ 'ਚ ਗੱਲ ਕਰ ਰਹੇ ਨਵੇਂ ਸਤਰ ਦੀ, ਨਵੇਂ ਸਤਰ ਆ ਜਿਹੜਾ ਉਹ 8 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ। ਤੁਸੀਂ 8 ਜੁਲਾਈ ਤੋਂ ਵੈਬਸਾਈਟ ਉੱਪਰ ਜਾ ਕੇ ਐਡਮਿਸ਼ਨ ਦਾ ਫੋਰਮ ਭਰ ਸਕਦੇ ਹੋ, ਠੀਕ ਹੈ। ਪ੍ਰੋਸਪੈਕਟ ਜਿਹੜਾ ਉਹ ਡਾਊਨਲੋਡ ਕਰਕੇ ਤੁਸੀਂ ਸਾਰਾ ਪੜ੍ਹ ਸਕਦੇ ਹੋ, ਠੀਕ ਹੈ। ਜਿਹੜੀ ਗਾਈਡਲਾਈਨ ਆ UGC ਦੀ ਬਾਰੇ ਗੱਲ ਕਰੀਏ ਤਾਂ UGC ਗਾਈਡਲਾਈਨ ਅੱਜ, ਕੱਲ੍ਹ, ਪਰਸੋਂ, ਜਾਣੀ ਕਿ ਇਸ ਸਪਤਾਹ ਤੱਕ ਆ ਸਕਦੀ ਹੈ, ਠੀਕ ਹੈ। ਫਸਟ ਅਤੇ ਸੈਕਿੰਡ ਈਅਰ ਬਾਰੇ ਫੈਸਲਾ ਆਲਰੇਡੀ ਹੋ ਚੁੱਕਿਆ ਵਾ, ਠੀਕ ਹੈ, ਕਿ ਉਹਨਾਂ ਨੂੰ ਪ੍ਰਮੋਟ ਕੀਤਾ ਜਾਊਗਾ ਪਿਛਲੇ ਸਮੈਸਟਰ ਦੇ ਆਧਾਰ 'ਤੇ ਅਤੇ ਇੰਟਰਨਲ ਅਸੈਸਮੈਂਟ ਦੇ ਆਧਾਰ 'ਤੇ, ਅਤੇ ਫਾਈਨਲ ਈਅਰ ਦਾ ਫੈਸਲਾ ਅੱਜ, ਕੱਲ੍ਹ, ਪਰਸੋਂ ਤੱਕ ਆ ਸਕਦਾ, ਠੀਕ ਹੈ। ਆਪਾਂ ਗੱਲ ਕਰੀਏ ਜੇਕਰ ਜਿਹੜੇ ਨਵੇਂ ਸਟੂਡੈਂਟ ਜਿਹੜੇ ਐਡਮਿਸ਼ਨ ਲੈਣਗੇ ਉਹਨਾਂ ਦਾ ਕੀ ਕਿਹਾ ਜਾਊਗਾ, ਠੀਕ ਹੈ। ਕਈ ਨਿੱਜੀ ਵਿਸ਼ਵਵਿਦਿਆਲਿਓ ਨੇ ਆਨਲਾਈਨ ਫੋਰਮ ਭਰਾਣੇ ਸੀ ਦੌਰਾਨ ਹੀ ਛਾਤਰੋਂ ਕੋ ਸਾਹਮਣੇ ਸਥਿਤੀ ਸਪਸ਼ਟ ਕਰਦੀ ਹੈ ਕਿ ਵਹਿ ਪਹਿਲਾ ਸਮੈਸਟਰ ਆਨਲਾਈਨ ਹੀ ਪੜ੍ਹਾਏਗੇ। ਜਾਣੀ ਕਿ ਜਿਹੜਾ ਪਹਿਲਾ ਸਮੈਸਟਰ ਚੱਲੂਗਾ, ਜਿਵੇਂ ਹੁਣ ਜੋ ਪਲੱਸ ਟੂ 'ਚ ਪਾਸ ਕੀਤੇ ਇਹਨਾਂ ਨੇ BA 'ਚ ਐਡਮਿਸ਼ਨ ਲਈ ਆ, ਉਹਨਾਂ ਦਾ ਜਿਹੜਾ ਪਹਿਲਾ ਸਮੈਸਟਰ ਆ ਉਹ ਆਨਲਾਈਨ ਹੀ ਚੱਲੂਗਾ, ਮਤਲਬ ਸਾਰਾ ਕੁਝ ਆਨਲਾਈਨ ਹੀ ਹੋਊਗਾ, ਠੀਕ ਹੈ। ਜਦੋਂ ਤੁਹਾਡੀ ਕਲਾਸਿਸ ਸ਼ੁਰੂ ਹੋ ਗਈਆਂ, ਜਾਣੀ ਕਿ 8 ਜੁਲਾਈ ਤੋਂ ਬਾਅਦ ਤੁਹਾਡੀ ਐਡਮਿਸ਼ਨ ਜਦੋਂ ਓਪਨ ਹੋ ਜੂਗੀ, ਤੁਸੀਂ ਐਡਮਿਸ਼ਨ ਕਰਵਾ ਸਕਦੇ ਹੋ, ਉਸ ਤੋਂ ਬਾਅਦ ਜਿਹੜੀਆਂ ਤੁਹਾਡੀਆਂ ਕਲਾਸਾਂ ਲੱਗਣਗੀਆਂ ਉਹ ਤੁਹਾਡੀਆਂ ਜਿਹੜੀਆਂ ਆਨਲਾਈਨ ਲੱਗਣਗੀਆਂ, ਕਿਉਂਕਿ ਆਨਲਾਈਨ ਇਸ ਕਰਕੇ ਕਿਉਂਕਿ ਕੋਰੋਨਾ ਵਾਇਰਸ ਦੀ ਬਿਮਾਰੀ ਵੱਧ ਰਹੀ ਹੈ, ਇਸ ਕਰਕੇ ਤੁਹਾਡੇ ਕਾਲਜ ਨਹੀਂ ਖੁੱਲ੍ਹਣੇ 31 ਜੁਲਾਈ ਤੱਕ, ਇਸ ਕਰਕੇ ਤੁਹਾਡਾ ਜਿਹੜਾ ਸੈਸ਼ਨ ਆ ਉਹ ਆਨਲਾਈਨ ਹੀ ਪੂਰਾ ਕੀਤਾ ਜਾਵੇਗਾ, ਠੀਕ ਹੈ। ਬਾਕੀ ਤੁਸੀਂ ਸਾਰੀ ਖਬਰ ਪੜ੍ਹ ਵੀ ਸਕਦੇ ਹੋ। ਪੰਜਾਬ ਯੂਨੀਵਰਸਿਟੀ ਨਵੇਂ ਸੱਤਰ ਕੇ ਲਈ ਆਨਲਾਈਨ ਫੋਰਮ ਭਰਾਣੇ ਕੀ ਤਿਆਰੀ ਕਰ ਰਹਾ ਹੈ। 8 ਜੁਲਾਈ ਸੇ ਫੋਰਮ ਭਰਾਣੇ ਸ਼ੁਰੂ ਹੋ ਜਾਏਗੇ, 8 ਜੁਲਾਈ ਤੋਂ ਤੁਹਾਡੇ ਫੋਰਮ ਜਿਹੜੇ ਸ਼ੁਰੂ ਹੋ ਜਾਣਗੇ, 8 ਜੁਲਾਈ ਤੁਸੀਂ ਐਡਮਿਸ਼ਨ ਲੈ ਸਕਦੇ ਹੋ, ਠੀਕ ਹੈ। ਇਹ ਤੁਹਾਡੇ ਲਈ ਬਿਗ ਅਪਡੇਟ ਸੀ। ਜਦੋਂ ਵੀ UGC ਦੀ ਜਾਣਕਾਰੀ ਆਉਂਦੀ ਹੈ, ਕੋਈ ਵੀ ਗਾਈਡਲਾਈਨ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਇਸ ਚੈਨਲ 'ਤੇ ਮਿਲੂਗੀ। ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਓ, ਨਾਲ ਹੀ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ। ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ, ਤੁਸੀਂ ਲਾਈਕ ਕਰਨਾ ਭੁੱਲ ਜਾਂਦੇ ਹੋ, ਲਾਈਕ ਕਰਕੇ ਸਾਨੂੰ ਮੋਟੀਵੇਸ਼ਨ ਮਿਲਦਾ। ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। PU ਵਾਸਤੇ ਬਿਗ ਅਪਡੇਟ ਸੀ ਕਿ 8 ਜੁਲਾਈ ਤੋਂ ਉਹਨਾਂ ਦੀ ਐਡਮਿਸ਼ਨ ਸ਼ੁਰੂ ਹੋ ਰਹੀ ਹੈ, 8 ਜੁਲਾਈ ਤੋਂ ਤੁਸੀਂ ਐਡਮਿਸ਼ਨ ਕਰਵਾ ਸਕਦੇ ਹੋ। ਤੁਹਾਡੇ ਲਈ ਇਹ ਜਾਣਕਾਰੀ ਸੀ। ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਵਾਸਤੇ।